ਪਿੱਛੇ ਜੇ ਇੱਕ ਬਾਲੀ ਵਾਇਰਲ ਕੀਤੀ ਹੈ, ਕਹਿੰਦੇ ਹੇਕ ਨੀ ਲਾਉਣੀ ਆਉਂਦੀ ਸਿੱਧੂ ਨੂੰ। ਬਾਈ ਮੈਂ ਕਦੋਂ ਕਿਹਾ ਮੈਨੂੰ ਗਾਉਣ ਆਉਂਦਾ, ਮੈਂ ਤਾਂ ਕਹਿੰਦਾ ਆਉਂਦੀ ਨੀ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਤੁਹਾਡੇ ਹੋਸਟ ਤੇ ਦੋਸਤ ਕੁਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਦੇ ਉਮਰਾ ਨੰਗਲ ਲਾਈਵ ਸ਼ੋਅ ਦੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਨੂੰ ਹੇਕ ਲਗਾਉਣੀ ਨਹੀਂ ਆਉਂਦੀ। ਜਿਸ ਦੇ ਜਵਾਬ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਕੱਲ੍ਹ ਹੋਏ ਆਪਣੇ ਲਾਈਵ ਸ਼ੋਅ ਦੇ ਵਿੱਚ ਇੱਕ ਠੋਕਵਾਂ ਰਿਪਲਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਹੇਕ ਲਗਾਉਣੀ ਨਹੀਂ ਆਉਂਦੀ ਅਤੇ ਨਾ ਹੀ ਉਹਨਾਂ ਨੇ ਕਿਸੇ ਅਕੈਡਮੀ ਤੋਂ ਕੋਈ ਗਾਉਣ ਦਾ ਸਰਟੀਫਿਕੇਟ ਲਿਆ ਹੈ। ਇੱਥੇ ਹੀ ਸਿੱਧੂ ਮੂਸੇਵਾਲਾ ਨੇ ਇੱਕ ਜ਼ਬਰਦਸਤ ਹੇਕ ਲਗਾਉਂਦੇ ਹੋਏ ਆਪਣੇ ਹੇਟਰਾਂ ਨੂੰ ਮੂੰਹ ਤੋੜਵਾਂ ਜਵਾਬ ਵੀ ਦਿੱਤਾ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲਾ ਦੇ ਉਸ ਲਾਈਵ ਸ਼ੋਅ ਦੇ ਵੀਡੀਓ ਕਲਿੱਪ ਵੱਲ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਸਾਰੇ ਫੈਨਸ ਨੂੰ ਛੋਟੀ ਜਿਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਹਰ ਤੇਜ਼ ਖਬਰ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਲਿਮਿਟਡ ਗਿਆਨ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲਓ। ਸੋ ਆਓ ਹੁਣ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲਾ ਦੀ ਉਸ ਲਾਈਵ ਵੀਡੀਓ ਵੱਲ। ਪਿੱਛੇ ਜੇ ਇੱਕ ਬਾਲੀ ਵਾਇਰਲ ਕੀਤੀ ਹੈ, ਕਹਿੰਦੇ ਹੇਕ ਨੀ ਲਾਉਣੀ ਆਉਂਦੀ ਸਿੱਧੂ ਨੂੰ। ਬਾਈ ਮੈਂ ਕਦੋਂ ਕਿਹਾ ਮੈਨੂੰ ਗਾਉਣ ਆਉਂਦਾ, ਮੈਂ ਤਾਂ ਕਹਿੰਦਾ ਆਉਂਦੀ ਨੀ। ਮੈਂ ਕਿਹੜਾ ਅਕੈਡਮੀ ਤੋਂ ਸਰਟੀਫਿਕੇਟ ਲੈ ਕੇ ਆਇਆ ਵੀ ਇਹ ਤਾਂ ਮੁੰਦਰਾਂ ਦਾ ਕਲਾਕਾਰ ਹੀ ਹੈ ਜੀ, ਇਹ ਤਾਂ ਸੁਨੇ ਲਾ ਸੀ ਅਸੀਂ ਤਾਂ ਆਪ ਕਹਿੰਦੇ ਟਾਈਮ ਪਾਸ ਕਰਦੇ ਹਾਂ ਫਿਰ ਅਸੀਂ। ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਮੈਂ ਕੀ ਪਿਆਰ।